नमस्कार दोस्तों, निरोग जीवन संस्थान के YouTube चैनल आरबीला मीडिया में आपका स्वागत। अपडेट फाजिल का शहरी है, फाजिल का की सीमावर्ती गांव ढाणी सद्दा सिंह में बने सरकारी प्राइमरी स्कूल में एक ट्रांसफार्मर लगा हुआ है, जो कि अब बच्चों के लिए खतरा बनता जा रहा है। स्कूल परिसर में लगे इस ट्रांसफार्मर को हटाने के लिए ग्राम पंचायत द्वारा मता डालकर पंजाब पावर कॉम के अधिकारी को कई बार लिखा जा चुका है, लेकिन पंजाब पावर कॉम के अधिकारी शायद यहां पर किसी हादसे के इंतजार में हैं। दिक्कत से यहां पर हालात बने हुए हैं। बच्चों के खेल के मैदान में ट्रांसफार्मर लगा दिया गया, जिसे हटवाने के लिए ग्राम पंचायत के साथ साथ स्कूल के हेडमास्टर भी लगातार प्रयास कर रहे हैं, लेकिन किसी तरह भी सुनवाई नहीं हो रही, जिसके चलते स्कूल में पढ़ने वाले बच्चों के लिए खतरा लगातार बढ़ता ही जा रहा है। दिक्कत से यहां पर पंजाब पावर कॉम द्वारा स्कूल के भीतर ही ट्रांसफार्मर लगा दिया गया, उस पर बिजली के मीटर भी लगाए गए हैं, जो कि हमेशा यहां पर हादसे को निमंत्रण देते रहते हैं। यहां पर किसी भी समय कोई बड़ा हादसा हो सकता है, शायद पावर कॉम के अधिकारी इसी हादसे के इंतजार में है। इसी के चलते इस ट्रांसफार्मर को यहां से हटाया नहीं जा रहा। गाँव के सरपंच छिंदर पाल सिंह ने बताया कि कई बार पंजाब पावर कॉम के अधिकारियों को पत्र लिखे गए हैं, इसके साथ ही कई बार एक्सियन तथा अन्य अधिकारियों से मुलाकात करके इसे हटाने की मांग भी की गई है, लेकिन इस तरफ कोई सुनवाई नहीं हो रही। प्रशासन व विभाग द्वारा ध्यान नहीं दिया जा रहा, जिसके चलते बच्चों को खतरा बना हुआ है। आपको लाइव कवरेज दिखा रहा हूं, बने रहे हमारे साथ, देखते रहे हमारा चैनल। साढ़े ग्राम पंचायत टाणी सद्दा सिंह, जो कि 7-8 महीने हो गए आ साढ़े ट्रांसफार्मर नहीं, उन्होंने 3 एक्शन साहब एक्शन को भी गए, SDO को भी गए, JEE साहब को भी गए, लाइनमैन साहब को गए, किसी नहीं साड़ी सहार लई। साढ़े बच्चे की कदे दुर्घटना हो कदे भी हो सकती, अगे एक बार हुई भी सी, पर असी मसे बचे हाँ। साढ़ा प्लीज एक इन्नी बेनती की एक्शन SDO साडा ट्रांसफार्मर स्कूल तो बहर किया जाए कि बच्चे साढ़े सेफ हो। ਸਾਡੇ ਬਹੁਤ ਧੰਨਵਾਦ ਹੋਵੇਗਾ, ਜਿਹੜਾ 7 ਮਹੀਨੇ ਹੋ ਗਏ ਸਾਨੂੰ ਮਿੰਤਾ ਕਰ, ਸਾਡੀ ਕਿਸੇ ਕਈ ਵਾਰ ਸਾਡੀ ਕੋਈ ਸਾਰੀ ਦਰਖਾਸਤ ਵੀ ਦਿੱਤੀ ਐਕਸ਼ਨ ਸਾਹਿਬ ਨੂੰ, SDO ਸਾਹਿਬ ਨੂੰ ਵੀ ਕਹੀ ਆ, ਉਹਨਾਂ ਸਾਡੀ ਸਾਰ ਨਹੀਂ ਲਈ ਕੋਈ ਵੀ। ਇੱਕ ਸਾਡੇ ਬਿੱਲਾਂ ਲਈ ਆ, ਜਿਵੇਂ ਜਿੰਨਾ ਬਿੱਲ ਕਰ 16-16 ਹਜ਼ਾਰ 20-20 ਹਜ਼ਾਰ 1-1 ਮੀਟਰ ਦਾ ਪਾ ਰਿਹਾ, ਉਹਦੇ ਬਾਰੇ ਵੀ ਸਾਡੇ ਬਾਰੇ ਸੋਚਣ ਜ਼ਰੂਰ। ਅਸੀਂ ਬਹੁਤ ਦੁਖੀ ਹਾਂ ਬਾਰਡਰ ਏਰੀਏ 'ਤੇ, ਸਾਨੂੰ ਸੇਫ ਕੀਤਾ ਜਾਵੇ, ਆਹ ਜਿਹੜਾ ਟਰਾਂਸਫਾਰਮਰ ਜਿਹੜਾ ਸਕੂਲ ਤੋਂ ਬਾਹਰ ਕੱਢਿਆ ਜਾਵੇ। ਇਹ ਕਿਹੜੇ ਸਕੂਲ ਦੇ ਵਿੱਚ ਟਰਾਂਸਫਾਰਮਰ ਲੱਗਿਆ ਹੈ ਜੀ? ਇਹ ਗ੍ਰਾਮ ਪੰਚਾਇਤ ਟਾਣੀ ਸੱਦਾ ਸਿੰਘ ਦੇ ਵਿੱਚ ਜੀ। ਅੱਛਾ ਜੀ, ਇਹ ਕਿਹੜੇ ਜ਼ਿਲ੍ਹੇ 'ਚ ਪੈਂਦੀ ਹੈ ਜੀ? ਇਹ ਫਾਜ਼ਿਲਕਾ ਜੀ। ਤੇ ਤੁਸੀਂ ਕਦੇ ਕਿਸੇ ਅਫਸਰ ਨੂੰ ਨਹੀਂ ਮਿਲੇ, DC ਨੂੰ ਜਾਂ SDM ਨੂੰ ਜਾਂ ਕਿਸੇ ਨੂੰ? ਨਹੀਂ ਸਰ, ਉਹਨਾਂ ਨੂੰ ਨਹੀਂ ਮਿਲੇ, ਅਸੀਂ ਐਕਸ਼ਨ ਨੂੰ ਮਿਲੇ ਹਾਂ, SDO ਨੂੰ ਮਿਲੇ ਹਾਂ, ਅੱਜ 7 ਮਹੀਨੇ ਹੋ ਗਏ ਸਾਡੀ ਕੋਈ ਇਹਨਾਂ ਸਾਰ ਨਹੀਂ ਲਈ। ਇਹ ਕਦੋਂ ਤੋਂ ਲੱਗਿਆ ਜੀ ਇੱਥੇ ਟਰਾਂਸਫਰ? ਸਰ ਹੋ ਗਏ 4 ਸਾਲ ਹੋ ਗਏ। ਅੱਛਾ ਜੀ, ਠੀਕ ਹੈ। ਪ੍ਰਿੰਸੀਪਲ ਸਾਹਿਬ, ਇਸ ਸਕੂਲ ਦੇ ਵਿੱਚ ਟਰਾਂਸਫਾਰਮਰ ਲੱਗਿਆ, ਇਹਦੇ ਬਾਰੇ ਤੁਸੀਂ ਕੀ ਕਹੋਗੇ? ਸਰ, ਇਸ ਤਰ੍ਹਾਂ ਅੱਜ ਵੀ ਮੈਂ ਇੱਥੇ 2 ਅਗਸਤ ਨੂੰ ਜੁਆਇਨ ਕੀਤਾ ਹੈ, ਔਰ ਜਦੋਂ ਦੇਖਿਆ ਆ ਕੇ ਵੀ ਇਹ ਨੰਨੇ ਮੁੰਨੇ ਬੱਚਿਆਂ ਦਾ ਪ੍ਰਾਇਮਰੀ ਸਕੂਲ ਹੈ, ਔਰ ਇਹਦੇ ਵਿੱਚ ਟਰਾਂਸਫਾਰਮ ਤਾਂ ਬੜਾ ਹਟ ਹੋਇਆ। ਉਸ ਤੋਂ ਬਾਅਦ ਪਤਾ ਲੱਗਿਆ ਵੀ ਪੰਚਾਇਤ ਵੱਲੋਂ ਮਤਾ ਪਾ ਕੇ, ਔਰ ਪਹਿਲਾਂ ਦਰਖਾਸਤਾਂ ਜਿਹੜੀਆਂ ਹੈਗੀਆਂ ਨੇ PSPL ਦੇ ਉੱਚ ਅਧਿਕਾਰੀਆਂ ਨੂੰ ਦਿੱਤੀਆਂ ਜਾ ਚੁੱਕੀਆਂ ਨੇ, ਔਰ ਬੜੀ ਵਧੀਆ ਗੱਲ ਹੈ ਜੀ। ਅੱਜ ਤੁਸੀਂ ਆਪਣੇ ਚੈਨਲ ਰਾਹੀਂ ਇਹ ਆਵਾਜ਼ ਉਠਾ ਰਹੇ ਹੋ, ਔਰ ਮੈਂ ਇਸ ਚੈਨਲ ਦੇ ਮਾਧਿਅਮ ਰਾਹੀਂ ਆਪਣੇ PSPL ਦੇ ਉੱਚ ਅਧਿਕਾਰੀਆਂ ਨੂੰ ਬੇਨਤੀ ਕਰਦਾ ਕਿ ਇਹ ਬੜਾ ਰਿਸਕੇਬਲ ਕੰਮ ਹੈ, ਛੋਟੇ ਛੋਟੇ ਬੱਚੇ ਨੇ, ਅਸੀਂ ਇਹਨਾਂ ਦੀ 24 ਘੰਟੇ ਨਿਗਰਾਨੀ ਕਰਦੇ ਹਾਂ, ਪਰਮਾਤਮਾ ਨਾ ਕਰੇ ਕੋਈ ਮਿਸ ਹੈਪਨਿੰਗ ਨਾ ਹੋ ਜੇ, ਜਿੰਨੀ ਜਲਦੀ ਸੰਭਵ ਹੋ ਸਕਦਾ ਇਹਨੂੰ ਜਿਹੜਾ ਇੱਥੋਂ ਸ਼ਿਫਟ ਕਰਕੇ ਪਿੰਡ ਦੇ ਕਿਸੇ ਹੋਰ ਕੋਨੇ ਦੇ ਵਿੱਚ ਲਾਇਆ ਜਾਵੇ, ਔਰ ਕਿਸੇ ਤਰ੍ਹਾਂ ਵੀ ਜਿਹੜਾ ਹੈਗਾ ਹੈ ਇਹ ਟਰਾਂਸਫਾਰਮ ਸਕੂਲ ਦੀ ਚਾਰਦਵਾਰੀ ਦੇ ਵਿੱਚ ਜਾਇਜ਼ ਨਹੀਂ ਹੈਗਾ ਜੀ। ਠੀਕ ਹੈ ਜੀ, ਤੁਸੀਂ ਕੋਈ ਵਿਭਾਗ ਨੂੰ ਵੀ ਇਸ ਬਾਰੇ ਸੂਚਿਤ ਕੀਤਾ ਹੁਣ ਤੱਕ? ਹਾਂਜੀ, ਪੰਚਾਇਤ ਨੇ ਕਰਿਆ ਜੀ, ਮੈਂ ਆਪਣੀ ਤੌਰ 'ਤੇ ਮੈਂ ਦੇਖ ਰਿਹਾ ਸੀ ਡਿਸਪੈਚ ਰਜਿਸਟਰ ਇੱਕ ਦਿਨ, ਅਤੇ ਮੇਰੇ ਤੋਂ ਪਹਿਲਾਂ ਜੋ ਅਧਿਆਪਕ ਰਹੇ ਨੇ ਉਹਨਾਂ ਨੇ PSPL ਨੂੰ ਵੀ ਔਰ ਸਾਡੇ ਉੱਚ ਅਧਿਕਾਰੀਆਂ ਨੂੰ ਵੀ ਇਸ ਪ੍ਰਤੀ ਲੈਟਰ ਕੱਢੀ ਹੋਈ ਹੈ, ਔਰ ਪੰਚਾਇਤ ਸਾਡੀ ਜਿਹੜੀ ਲਗਾਤਾਰ ਯਤਨ ਕਰ ਰਹੀ ਜੀ ਇਸ ਬਾਬਤ। ਕੀ ਮੰਗ ਕਰ ਰਹੇ ਹੋ ਜੀ ਹੁਣ ਤੁਸੀਂ? ਸਰ, ਮੰਗ ਇਹ ਜੀ, ਇਹ ਬੜਾ ਰਿਸਕੇਬਲ ਕੰਮ ਹੈ, ਬੱਚਿਆਂ ਨਾਲ ਕਿਸੇ ਤਰ੍ਹਾਂ ਦਾ ਕੋਈ ਹਾਦਸਾ ਨਾ ਵਾਪਰ ਜੇ, ਮਿਸ ਹੈਪਨਿੰਗ ਨਾ ਵਾਪਰ ਜੇ, ਹਰ ਬੱਚਾ ਆਪਦੇ ਘਰ ਦਾ ਚਿਰਾਗ ਹੈ, ਔਰ ਇਹਨੂੰ ਜਿੰਨੀ ਜਲਦੀ ਹੋ ਸਕਦਾ ਜਲਦੀ ਤੋਂ ਜਲਦੀ ਇੱਥੋਂ ਬਾਹਰ ਸ਼ਿਫਟ ਕੀਤਾ ਜਾਵੇ ਜੀ।